हेलो यानी कि अंग्रेजी दी कुड़ी है हेलो हेलो तुम अंदर कैसे आए मेरे घर में ऐसे आया ऐसे हाँ कौन तुम है तुम्हारा तारुफ किया है लगता पहचानिया नहीं नहीं मैंने वाकई नहीं पहचाना पहली बार मिले तू कितों पहचानना पहले दस मैं तू हो कौन नाम क्या है तुम्हारा चौधरी भोला चद्दड़ चादर नी फिर वाकई नी जाना तुम्हें मुक्का मार के ना मज दे गोया बंद कर देना मैं पीती जी तेरे मुक्का मारना तेरी सारिया मेंगन टूट जानी सानू जंग दी पई तानू अपनी पई चद्दड़ अपनियां टेंशन धोती तेन नी ना पता की फायदे ने अंग्रेज रिसर्च कर रहे थे के हवा आंदी किधरों दी ते जांदी किधरों दी है तानू इन्हां गल्लां दा की पता मुझे ऐसे गौर से मत देखो कभी खूबसूरत लड़की नहीं देखी तुमने कौन खूबसूरत मैं अब मेकअप ला मगरमच्छ दी धुन्नी वरगा मुंह देखना तेरा एडी तू सोहणी किधर रहनी नी है नेचुरल चिट्टी ਉਹ ਚੱਲ ਤੂੰ ਚਿੱਟੀ ਹੈ ਸਿਰਫ ਚਿੱਟਿਆਂ ਨੂੰ ਅਸੀਂ ਕੀ ਸਮਝਦੇ ਚਿੱਟਿਆਂ ਨੂੰ ਕੋਈ ਨੈਨਕਸ ਵੀ ਹੋਣ ਨਾ ਐਸੇ ਗੌਰ ਸੇ ਮੁਝੇ ਮਤ ਦੇਖੋ ਕੀ ਗੌਰ ਨਾ ਕਿਉਂ ਨਾ ਵੇਖਾਂ ਇੰਡੀ ਸੁਰਖੀ ਲਾਈ ਇੰਨਾ ਮੇਕਅਪ ਕੀਤਾ ਹਾਂ ਤੋ ਵਧੀਆ ਕੱਪੜੇ ਪਾਏ ਹਾਂ ਨਾ ਹੈ ਹਜੇ ਵੀ ਤੇਰੇ ਨਾਲ ਗੌਰ ਨਾਲ ਨਾ ਵੇਖੀਏ ਤੇ ਲਾਣ ਤੇਰੀ ਤਿਆਰੀ ਤੇ ਪੈਸੇ ਵਾਲੀ ਉਹ ਪੈਸਾ ਬੋਲਦਾ ਹੈ ਉਹ ਚੱਲ ਜੱਡਾ ਤੇਰੇ ਕੋ ਪੈਸਾ ਬੋਲਦਾ ਔਰਤ ਤੇ ਔਰਤ ਦੀ ਏਡੀ ਇੱਜ਼ਤ ਨਹੀਂ ਹੁੰਦੀ ਜਿੱਡੀ ਤੁਸੀਂ ਬਣਾਈ ਆ ਦੇਖੋ ਤੂੰ ਔਰਤ ਵੀ ਨਾ ਔਰਤ ਨੂੰ ਥੱਲੇ ਲਾ ਕੇ ਰੱਖਣਾ ਚਾਹੀਦਾ ਖਬਰਦਾਰ ਜੀ ਬਕਵਾਸ ਮੇਰੇ ਅੱਗੇ ਨਹੀਂ ਕਰਨਾ ਔਰਤ ਕਿਹੜੀ ਚੀਜ਼ ਕੋਈ ਰੱਖਣਾ ਚਾਹੀਦਾ ਔਰਤ ਨੂੰ ਛੇਲ ਕੇ ਰੱਖਣਾ ਚਾਹੀਦਾ ਔਰਤ ਨੂੰ ਔਰਤ ਦੀ ਕੀ ਇੱਜ਼ਤ ਸੇ ਤੂੰ ਮੇਰੇ ਘਰ ਮੇ ਆ ਕੇ ਲੜਾਈ ਡਾਲਣਾ ਚਾਹਤੇ ਹੋ ਔਰਤ ਮਰਦ 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 ਕਿਉਂ ਮਾਰਦੇ ਹਾਂ ਮਰਦ ਦਾ ਨਾਲ ਉਹ ਮੂੰਹ ਭਰਦਾ ਮਰਦ ਐ ਔਰਤ ਆ ਗਈ ਆ ਲੋ मर्द दी इज्जत करो मर्द देखो मेरी बात सुनो आपस की बात है अगर हम मुर्दे ना होते तो तुम मर्द कहाँ जाते तुसी दसो असी ना होंदे तुसी की कर दिया आज तुसी बांदरा दे तरले करने ही बांदरा शुक्र करो मर्द है कहने के तन सुकून है गाई जिंदगी जे मर्द देखो औरत की इज्जत करनी चाहिए औरत एक नेचुरल सा फूल है ऐ फूल है छड़ दे फूल भी साड़ी बाज दो तुम मेरे घर में खड़े हो के इतने कीमती घर में खड़े हो कितना कीमती घर ये करोड़ों का घर मेरा है अरे करोड़ों में यार ऐ हुने नेरिया है ना तेरा घर पिछली गली जो लबना और अल्लाह का शुक्र करे कि हर वक्त पैसा के पीछे भी तू ये गल्ला कर दी रहनी हां तो पैसे है ओ गयल है एडा मगरूर ना अगर मैं दसा क्यों अगर अल्लाह ने थोड़े बहुत पैसे देते घर-बार देता ते शुक्र करया कर शुक्र है रब की जात का पैसा है पैसा हो तो बंदा बोलता ही है बड़ा पैसा जी जी शुक्र भाई 6 साल पहले मैं हालात देखे अल्लाह माफ करे इदे पिंड गया मैं भाई ना शुक्र कर हुण तू इत्थे सुकून है तैनू हां पिंड जाके क्या किया तुमने हां नहीं तो तू जी तो पहली बार कमोड लवाया तेरी अम्मी ओनु फ्रिज समझदी ओदे जे मुंह धोंदी आ फमा पानी हुंदा पिया ए हुण शुक्र कर तेरे को पैसे पोहे आ गए बीमारी सारे पैसे ले गई ਯਾਰ ਛੱਡ ਦੇ ਕੈਸੇ ਰੇ ਫਜ਼ੂਲ ਗੱਲਾਂ ਤੂੰ ਮੇਰੇ ਨਾਲ ਕਰੇਗਾ ਇਹ ਤਾਂ ਮਗਰੂਰ ਹੀ ਨਹੀਂ ਨਾ ਹੋਈਦਾ ਪੈਸਾ ਤੇ ਪੈਸਾ ਬੋਲਦਾ ਨਹੀਂ ਕਮਾਇਆ ਨਹੀਂ ਮੈਂ ਪੈਸੇ ਕਮਾਇਆ ਉਹ ਸ਼ੁਕਰ ਕਰ ਹੁਣ ਤੇਰੇ ਕੋਲ ਥੋੜਾ ਜਿਹਾ ਪੈਸਾ ਆ ਗਿਆ ਹਾਂ ਤੇ ਫੇਰ 6 ਸਾਲ ਪਹਿਲੇ ਭਾਈ ਯਕੀਨ ਕਰੋ ਐਡੇ ਮਾੜੇ ਹਾਲਾਤ ਸੀ ਠੀਪੇ ਵੀ ਥੁੱਕ ਲਾ ਕੇ ਗੰਦੀ ਸੀ
ਸ਼ੁਕਰ ਕਰ ਅਗਰ ਅੱਲਾ ਦਾ ਕੈਸੇ ਤੂੰ ਬਹੁਤ ਫਜ਼ੂਲ ਗੱਲ ਕਰ ਰਿਹਾ ਅੱਛਾ ਨਹੀਂ ਗੱਲ ਨਹੀਂ ਮੈਂ ਤੈਨੂੰ ਸਹੀ ਲੋਕਾਂ ਨੂੰ ਨਾ ਹਰਿਆ ਭਰਾਵਾਂ ਨੂੰ ਇਹ ਕੋ ਗੱਲਾਂ ਤੇ ਕਰਨ ਲੱਗੀਆਂ ਨੇ ਹੈ ਭਲਾ ਚੱਲ ਖੈਰ ਡਰਾਮੇ ਦੀ ਕਰਦੇ ਗੱਲ ਇਹ ਡਰਾਮੇ ਦੀ ਗੱਲ ਕਰੇਗਾ ਤੂੰ ਤੈਨੂੰ ਜਵਾਬ ਦੇਾਂਗੇ ਦਰਵਾਜ਼ ਮੇਰੇ ਨਾਲ ਜਵਾਬ ਹੈ ਤੇ ਹੁਣ ਜਦੋਂ ਤੂੰ ਰੋਟੀ ਛੋਟੀ ਖਾਣੀ ਆ ਤੂੰ ਹਾਂ ਕੀ ਖਾਣੀ ਕੀ ਆ ਜੋ ਸਪੈਸ਼ਲ ਚੀਜ਼ ਹੋਵੇ ਮਸਲਨ ਸਪੈਸ਼ਲ ਕੁੱਤਾ ਤਲ ਕੇ ਲੈ ਆਈ ਹੈ ਕੀ ਸਪੈਸ਼ਲ ਚੀਜ਼ ਹੈ ਦੱਸ ਦੇ ਮੈਨੂੰ ਕੋਈ ਅਸੀਂ ਅੱਜ ਕੱਲ ਫਾਸਟ ਫੂਡ ਚੱਲ ਰਿਹਾ ਮੈਕਡੋਨਲਡ ਵਗੈਰਾ ਓਏ ਮੈਕਡੋਨਲਡ ਸ਼ੁਕਰ ਹੈ ਤੈਨੂੰ ਮੈਕਡੋਨਲਡ ਦਾ ਪਤਾ ਲੱਗ ਗਿਆ ਤੋ ਪੈਸਾ ਤੇ 6 ਸਾਲ ਪਹਿਲੇ ਆ ਗਿਆ ਤੋਬਾ ਤੋਬਾ ਯਕੀਨ ਕਰੋ ਇਹ ਕੀਮੇ ਨੂੰ ਗੁਜਰੇਲਾ ਸਮਝਦੇ ਸਨ ਲੇਕਿਨ ਫਿਰ ਮੈਂ ਹੀ ਕਹਿੰਦਾ ਨਾ ਇੱਜ਼ਤ ਜਿਹੜੀ ਹੁੰਦੀ ਹੈ ਮਰਦ ਦੀ ਹੁੰਦੀ ਹੈ ਔਰਤ ਦੀ ਕੋਈ ਨਹੀਂ ਔਰਤ ਕੇ ਪਾਸ ਪੈਸਾ ਆ ਜਾਏ ਤਾਂ ਉਸਕੀ ਕਦਰ ਕਰਨੀ ਚਾਹੀਏ ਕਿਹੜਾ ਪੈਸਾ ਮੇਰੇ ਪਾਸ ਤੇਰੇ ਕੋ ਸਾਰੀ ਜ਼ਿੰਦਗੀ ਮਰਨ ਵਾਲੀ ਹੋ ਗਈ ਹੈ ਆ ਤੂੰ ਮਿਹਨਤ ਕੀ ਹੈ ਨਾ ਮਿਹਨਤ ਕਰਕੇ ਯਹਾਂ ਤੱਕ ਪਹੁੰਚੀ ਐ ਹੁਣ ਵੇਖ ਘਰ ਤੂੰ ਬਣਾ ਲਿਆ ਜਿਹਦੇ 6-7 ਕਮਰੇ ਵਾਵਾ ਬਾਥਰੂਮ ਵੀ ਉਹਦੇ ਚ ਵਾਵਾ ਖੁੱਲੇ ਆ ਹਾਂ ਤੋ ਤੇ 6 ਸਾਲ ਪਹਿਲੇ ਯਕੀਨ ਕਰੋ ਭਾਈ ਐਡਾ ਛੋਟਾ ਬਾਥਰੂਮ ਸੀ ਇਹਦੀ ਫੁੱਫੀ ਬੈਠੀ ਹੁੰਦੀ ਸੀ ਅੱਧੀ ਬਾਹਰ ਹੁੰਦੀ ਸੀ ਸਾਈਕਲ ਨਾਲ ਜਾਂਦੇ ਜਾਂਦੇ ਧੋ ਜਾਂਦਾ ਸੀ ਫੁੱਫੀ ਮਿਹਨਤ ਮੈਂ ਕਿਹੜਾ ਇੱਟਾਂ ਸੁੱਟਦਾ ਰਿਹਾ ਲੇਕਿਨ ਮੈਂ ਅੱਲਾ ਦੀ ਮਿਹਰਬਾਨੀ ਪੈਸੇ ਦੀ ਬੜੀ ਕਦਰ ਕਰਾਂਗੀ ਬਹੁਤ ਕਦਰ ਤੂੰ ਪੈਸੇ ਦੀ ਕਰਨੀ ਹੈ ਤੋ ਬਾਤ ਤੋ ਬਾਤ ਸ਼ੁਕਰ ਹੈ ਪੜ੍ਹੀ ਲਿਖੀ ਹੂੰ ਤਾਂ ਪੜ੍ਹ ਲਿਖ ਕੇ ਯਹਾਂ ਤੱਕ ਕਿੰਨਾ ਪੜ੍ਹੀ ਆ ਮੇਰੇ ਮਾਸਟਰ ਕੀਆ ਵੈ ਤੇ ਅੰਮੀ ਤੇਰੀ ਨੇ ਪਿੰਡ ਹੈਡ ਮਾਸਟਰ ਕੀਤਾ ਹੈ ਮੈਨੇ ਰੀਅਲ ਮੇ ਕੀਆ ਵੈ ਪੜ੍ਹੀ ਲਿਖੀ ਉਹਨੇ ਵੀ ਰੀਅਲ ਮੇ ਕੀਤਾ ਅੱਛੀ ਫੈਮਿਲੀ ਸੇ ਤਾਂ ਲੱਗ ਉਹ ਤੇ ਮੈਂ ਰੋਕ ਲੈਣੇ ਤੇ ਉਹਨੇ ਪੂਰਾ ਸਕੂਲ ਕਰ ਜਾਣਾ ਸੀ ਪਿੰਡ ਚ ਬਹਾਦੌਰ ਸੀ ਜਿਹਨੇ ਸਲਵਾਰ ਨੂੰ ਜ਼ਿਪ ਲਵਾਈ ਸੀ ਕਿੰਨੀ ਕੁ ਗਰੀਬ ਹੋਈ ਭਾਈ ਲੇਕਿਨ ਗੱਲ ਅੱਲਾ ਨੇ ਹੋਣੀ ਜੇ ਦਿੱਤੀ ਪੈਸੇ ਦਿੱਤੇ ਆ ਬੜਾ ਸ਼ੁਕਰ ਕਰਨਾ ਚਾਹੀਦਾ ਬਾਥਰੂਮ ਬੈਠੇ ਇੱਕ ਮੋੜ ਤੇ ਬਹਿ ਕੇ ਵੀ ਅਖਬਾਰ ਪੜ ਰਹੀ ਹੋਈ ਯਕੀਨ ਕਰ ਲੋ ਭੈਣ ਮਸਲ ਨਾਲੀ ਤੇ ਬੈਠੀ ਹੁੰਦੀ ਤੇ ਰਸ ਫੜਿਆ ਹੁੰਦਾ ਹੈ ਇਹ ਹੁਣ ਤੇ ਆਪਣੀ ਅੰਮੀ ਨੂੰ ਆਵਾਜ਼ ਦਿੰਦੀ ਅੰਮੀ ਕਮ ਹੇਅਰ ਪਲੀਜ਼ ਬਲ 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 ਉਦੋਂ ਇੱਕੋ ਆਵਾਜ਼ ਦਿੰਦੀ ਸੀ ਅੰਮੀ ਚੋ ਹੋ ਜੇ ਪੈਸੇ ਪੂਏ ਨਹੀਂ ਨਾ ਫਿਰ ਉਹਨਾਂ ਨੂੰ ਦੱਸੀ ਦੇ ਜਿਹਨਾਂ ਤੇਰਾ ਪਿਛਲਾ ਵੀ ਸਾਰਾ ਪਤਾ ਕੈਸੇ ਤੁਹਾਨੂੰ ਪਤਾ ਨਾ ਕਿਤਨੀ ਮਿਹਨਤ ਕੀ ਹੈ ਮੇਰੇ ਯਹਾਂ ਪਰ ਨਹੀਂ ਤੇ ਹੁਣ ਜਦੋਂ ਕੋਈ ਗੋਸ਼ਟ ਖਾਣਾ ਹੋਵੇ ਤੇ ਮਟਨ ਕੇ ਚਿਕਨ ਮਟਨ ਆਈ ਵਾਂਟ ਮਟਨ ਓਏ 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 ਮਾਈ ਫੇਵਰਿਟ ਡਿਸ਼ ਮਟਨ ਯੈਸ ਹੁਣ ਰੋਜ਼ ਮਟਨ ਖਾਂਦੀ ਹੈ ਹਾਂ ਆਫ ਕੋਰਸ ਤੇ 6 ਸਾਲ ਪਹਿਲੇ ਭਾਈ 6 ਸਾਲ ਦੀ ਜਾਨ ਯਕੀਨ ਕਰ ਲਓ ਜੇ ਜੇ ਇਹਨਾਂ ਦੇ ਘਰ ਗੋਸ਼ ਪਕੜਾ ਹੁੰਦਾ ਸੀ 3 ਦਿਨ ਪਹਿਲੇ ਢੋਲਕੀ ਸ਼ੁਰੂ ਹੋ ਜਾਂਦੀ ਸੀ ਜੇ ਇਸ ਪਿੰਡ 'ਚ ਰਹਿੰਦੀ ਸੀ ਨਾ ਯਕੀਨ ਕਰ ਲਓ ਅੱਛਾ ਚੱਲ ਛੱਡ ਡਰਾਮੇ ਦੀ ਗੱਲ ਕਰਦੇ ਹਾਂ ਫਰੂਟ ਕਿਹੜਾ ਖਾਣੀ ਅੱਜ ਕੱਲ ਨਹੀਂ ਨਹੀਂ ਤੂੰ ਗਲਾ ਜਵਾਬ ਨਹੀਂ ਨਹੀਂ ਕਸਮੇ ਯਕੀਨ ਕਰ ਤੂੰ 6 ਸਾਲ ਪਹਿਲੇ ਚਲਾ ਜਾਏਗਾ ਨਹੀਂ ਨਹੀਂ 6 ਸਾਲ ਪਹਿਲੇ ਤੇ ਹੋ ਗਿਆ ਝੋਲਾ ਸੀ ਅੱਛਾ ਮੈਨੂੰ ਨਾ ਜਦੋਂ ਅੱਜ ਕੱਲ ਸਟ੍ਰਾਬਰੀ ਪਸੰਦ ਹੈ ਸਟ੍ਰਾਬਰੀ ਤੇ 6 ਸਾਲ ਪਹਿਲੇ ਇਹਨਾਂ ਦੇ ਪਿੰਡ ਸਭ ਤੋਂ ਮਹਿੰਗਾ ਫਰੂਟ ਬੇਰ ਹੁੰਦਾ ਸੀ ਔਰ ਉਹਨੂੰ ਵੀ ਇੰਜ ਸਾਫ ਕੇ ਰੱਖਦੇ ਜਿਵੇਂ ਜੰਨਤ ਦਾ ਫਲ ਨੇ ਲੇਕਿਨ ਜੋ ਵੀ ਅੱਛਾ ਚੱਲ ਛੱਡ ਹੁਣ ਜਿਸ ਤਰ੍ਹਾਂ ਕੋਈ ਫੌਤਗੀ ਤੇ ਜਾਣੀ ਤੂੰ ਗਜ਼ਲ ਤੇ ਕਿਸ ਤਰ੍ਹਾਂ ਅਫਸੋਸ ਕਰਨੀ ਤੁਹਾਨੂੰ ਹਾਲਾਤ ਠੀਕ ਹੋ ਗਏ ਨਾ ਮਸਲ ਸਮਝ ਆ ਤੇਰਾ ਫੁੱਫਾ ਮਰਿਆ ਤੇਰਾ ਤੇਰਾ 9 ਨੰਬਰ ਦਾ ਫੁੱਫਾ ਹੀ ਆ ਚੱਲ
ਚਲ ਅਫਸੋਸ ਕਰ ਡਰਾਮੇ ਦੀ ਗੱਲ ਕਰੇਗਾ ਹਾਂ ਡਰਾਮੇ ਸੱਚੀ ਨਾ ਆ ਨਹੀਂ ਹੁਣ ਚੀਜ਼ ਕਿਸ ਤਰ੍ਹਾਂ ਅਫਸੋਸ ਕਰਦੀ ਆਫ ਕੋਰਸ ਬੜੀ ਨਹੀਂ ਕਿਉਂ ਰੀਸੈਂਟ ਹੋ ਤਾਂ ਕਹੂੰਗੀ ਸੋ ਸੈਡ ਅੰਕਲ ਫੌਤ ਹੋ ਗਏ ਉਹ ਸੋ ਸੈਡ ਜੇ ਸਰ ਵਾਲੇ ਪਾਏ ਇਹਦੀ ਅੰਮੀ ਦੇ ਜੇ ਫੌਤਗੀ ਤੇ ਜਾਂਦੇ ਸੀ ਫੌਤਗੀ ਦੇ ਬੇੜੇ ਗਰਕ ਹੋ ਜਾਂਦੇ ਮਸਲ ਕਿ ਇਹਨੇ ਹੁਣ ਤੇ ਮੂੰਹ ਮੱਥੇ ਲੱਗਦੀ ਹੈ ਨਾ ਉਦੋਂ ਮਸਲ ਮੂੰਹ ਇੰਜ ਦਾ ਬਣਾਉਂਦੀ ਕਿ ਮਈਅਤ ਦਾ ਹਾਸਾ ਨਿਕਲ ਜਾਂਦਾ ਸੀ ਉਹਦੀ ਫੁੱਫੀ ਨੇ ਮੌਲੀਆਂ ਵਾਲੇ ਪਰਾਂਠੇ ਖਾਧੇ ਹੁੰਦੇ ਸੀ ਮਈਅਤ ਦਾ ਮਾਹੌਲ ਖਰਾਬ ਕਰ ਦਿੰਦੀ ਸੀ ਮੈਂ ਜ਼ੋਰ ਹੀ ਇੰਨਾ ਲਾਉਂਦੀ ਸੀ ਤਿੰਨੇ ਬੈਠੀਆਂ ਹੁੰਦੀਆਂ ਸਨ ਹਾਏ ਨੀ ਆ ਕਿੰਨੇ ਮਾਰਿਆ ਨਾਲ ਦੀ ਔਰਤ ਕਹਿੰਦੀ ਨੀ ਪ੍ਰਵੀਨ ਜਿੰਨੇ ਵੀ ਮਾਰਿਆ ਮੇਰਾ ਨਾਕੀ ਸਾੜਿਆ ਲੇਕਿਨ ਬੜੀ ਗੱਲ ਹੈ ਭਾਈ ਹੁਣ ਤੇਰੇ ਹਾਲਾਤ ਠੀਕ ਹੋ ਗਏ ਆ ਕਿਆ ਬਾਤ ਹੈ ਲੇਕਿਨ ਅੱਛਾ ਹੁਣ ਗੱਡੀ ਕਿਹੜੀ ਰੱਖੀ ਵੈਸੇ ਰਿਬੋਨ ਵਾਹ ਜੀ ਵਾਹ ਰੋਜ਼ਾ ਤੂੰ ਰੱਖ ਪਏ ਰੱਖਣੇ ਪੈਣੇ ਆ 6 ਸਾਲ ਪਹਿਲੇ ਤੇ ਆਪੇ ਰੱਖੇ ਜਾਂਦੇ ਸੀ ਜਦੋਂ ਹੁੰਦਾ ਹੀ ਕੁਛ ਨਹੀਂ ਸੀ ਕੈਸਰ ਯਾਰ ਪਲੀਜ਼ ਡਰਾਮੇ ਕੀ ਬਾਤ ਕਰੋ ਅੱਲਾ ਕੀ ਕਸਮ ਫਿਰ ਆਪਣੀ ਇਨਸਾਈਡ ਫੀਲ ਹੋ ਰਹੀ ਹੈ ਤੁਹਾਡੇ ਸਾਥ ਕੰਮ ਕਰਕੇ ਅੱਛਾ ਬਹੁਤ ਠੀਕ ਇਤਨਾ ਠੀਕ ਰੇਟ ਕਰ ਰਹੇ ਹੋ ਤੂੰ ਮੇਰੇ ਸ਼ੁਕਰ ਹੈ ਅੱਜ ਤੇ ਤੂੰ ਸ਼ੁਕਰ ਤੂੰ ਕਾਬੂ ਬੜੀ ਦੇਰ ਬਾਅਦ ਆਈ ਆ ਯਾਰ ਐਸੇ ਨਾਲ ਤੂੰ ਕਿਹੜਾ ਮੈਂ ਵਰਲਡ ਕੱਪ ਲੈ ਲਿਆ ਪੰਜਾਬ ਥੀਏਟਰੋਂ ਪਹਿਲੇ ਦੱਸ ਦੇ ਮੈਂ ਯਾਰ ਹਾਂ ਤੂੰ ਜੋ ਜੋ ਜੀ ਕੋ ਜੀ ਜੀ ਹਾਂ ਤੂੰ ਇਨਸਾਈਡ ਕਰ ਰਹੇ ਹੋ ਲੜਕੀ ਕੀ ਲੜਕੀ ਹੈ ਤੂੰ ਆਫ ਕੋਰਸ ਹੈ ਕੋ ਮੀਦਰ ਮਾਸ਼ਾਅੱਲਾ ਤੇਰੇ ਵਰਗੀ ਚਿੜੀ ਹੈ ਨਾ ਅੰਡਾ ਦੇ ਕੇ ਬੇਹੋਸ਼ ਹੋ ਜਾਂਦੀ ਹੈ ਮੇਰਾ ਜਿਹੜਾ ਯਾਰ ਇੱਥੇ ਹੈ ਉਹ ਪਤਲਾ ਯਾਰ ਨੀ ਜਿਹੜਾ ਆਇਆ ਇੱਥੇ ਅਸਲਮ ਉਹ 25,000 ਦਾ ਜਿਹੜਾ ਖਾਵਾਂ ਦਾ ਲੱਗ ਗਿਆ ਬਾਹਰ ਨਿਕਲੋ।